ਇਹ ਜੋ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਲੁਧਿਆਣਾ ਦੇ ਅਧੀਨ ਪੈਂਦੇ ਕੋਹਾੜਾ ਚੌਂਕ ਦੀ ਹੈ ਜਿੱਥੇ ਕਿ ਮਾਈ ਭਾਗੋ ਕਾਲਜ ਦੀ ਵਿਦਿਆਰਥਣ ਜੋ ਕਿ ਸਵੇਰੇ ਆਪਣੇ ਭਰਾ ਦੇ ਨਾਲ ਕਾਲਜ ਜਾ ਰਹੀ ਸੀ ਤੇਜ਼ ਰਫ਼ਤਾਰ ਟਰੱਕ ਨਾਲ ਟੱਕਰ ਹੋਣ ਤੇ ਲੜਕੀ ਦੀ ਮੌਕੇ ਤੇ ਮੌਤ ਹੋਈ ਜਿਸ ਨਾਲ ਆਲੇ ਦੁਆਲੇ ਵਿੱਚ ਸਨਸਨੀ ਫੈਲ ਗਈ ਅਤੇ ਸਹਿਮ ਦਾ ਮਾਹੌਲ ਛਾ ਗਿਆ ਤੁਹਾਨੂੰ ਦੱਸ ਦਈਏ ਕਿ ਮਾਈ ਭਾਗੋ ਕਾਲਜ ਦੀ ਪ੍ਰਿੰਸੀਪਲ ਅਤੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਤੇ ਲੋਕਾਂ ਨੇ ਰੋਸ ਜਤਾਉਂਦਿਆਂ ਹੋਇਆ ਕਿ ਇਨਸਾਨ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ ਇਹਨਾਂ ਤੇਜ਼ ਰਫ਼ਤਾਰ ਟਰੱਕ ਵਾਲਿਆਂ ਤੇ ਕੌਣ ਨੱਥ ਪਾਏਗਾ ਅਗਰ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਵੱਡੇ ਸੰਘਰਸ਼ ਨੂੰ ਵੀ ਵਿੱਢਿਆ ਜਾਏਗਾ ਸਥਾਨਕ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਵੇਰ ਤੋਂ ਹੋਈ ਘਟਨਾ ਦੇ ਮੌਕੇ ਦਾ ਜਾਇਜ਼ਾ ਲੈਣ ਨਾ ਤਾਂ ਮਾਈ ਭਾਗੋ ਕਾਲਜ ਦੀ ਪ੍ਰਿੰਸੀਪਲ ਆਈ ਹੈ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਦੂਜੇ ਪਾਸੇ ਪਰਿਵਾਰ ਦਾ ਰੋ ਬੁਰਾ ਹਾਲ ਹੋਇਆ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਜਲਦ ਫੜਿਆ ਜਾਏ ਅੰਬੇਡਕਰ ਮਿਸ਼ਨ ਨਿਊਜ਼ ਦੇ ਨਾਲ ਕੂਮਕਲਾਂ ਤੋਂ ਸੁਖਵਿੰਦਰ ਸੁਖੀ ਦੀ ਖਾਸ ਰਿਪੋਰਟ ਹਾਂਜੀ ਹਾਂਜੀ ਅਸੀਂ ਸਾਰੇ ਆਪਣੇ ਵੱਲੋਂ ਤੇ ਆਪਣੇ ਸਟਾਫ ਵੱਲੋਂ ਮੈਨੇਜਮੈਂਟ ਵੱਲੋਂ ਇਹ ਮੰਗ ਕਰਦੇ ਹਾਂ ਹਾਂਜੀ ਕਿ ਜਿਹੜੀ ਬੱਚੀ ਹੈ ਉਹਦੀ ਡੈੱਡ ਬੋਡੀ ਅਸੀਂ ਉਦੋਂ ਚੱਕਾਂਗੇ ਜਿੰਨੀ ਦੇਰ ਤੱਕ ਟਰੱਕ ਵਾਲਾ ਅਤੇ ਉਹਦਾ ਜਿਹੜਾ ਡਰਾਈਵਰ ਹੈ ਉਹ ਫੜਿਆ ਨਹੀਂ ਜਾਂਦਾ ਸਿਰਫ ਨੰਬਰ ਨੋਟ ਹੋਣ ਨਾਲ ਕੁਛ ਨਹੀਂ ਹੋਣਾ ਅਸੀਂ ਇੱਧਰ ਉੱਧਰ ਗੇੜੇ ਨਹੀਂ ਮਾਰਨੇ ਜੇ ਅਸੀਂ ਬੱਚਾ ਇੱਥੋਂ ਚੱਕ ਲਿਆ ਸਾਡੇ ਹੱਥ ਪੱਲੇ ਸਰ ਕੁਛ ਨਹੀਂ ਪੈਣਾ ਪੁਲਿਸ ਕਾਰਵਾਈ ਕਰਦੀ ਨਹੀਂ ਹੈਗੀ ਜੀ ਪੁਲਿਸ ਸਾਨੂੰ 3 ਘੰਟੇ ਹੋ ਗਏ ਇੱਥੇ ਖੜਿਆ ਨੂੰ 8:15 ਦਾ ਬੱਚਾ ਮਰਿਆ ਹੋਇਆ ਅਜੇ ਤੱਕ 2-3 ਘੰਟਿਆਂ ਦੇ ਵਿੱਚ ਇਹਨਾਂ ਕੋਲ ਨਾ ਟਰੱਕ ਵਾਲਾ ਟ੍ਰੇਸ ਹੋਇਆ ਅਜੇ ਤੱਕ ਹੁਣ HD ਕੈਮਰੇ 'ਚੋਂ ਨੰਬਰ ਕੱਢ ਲਏ ਨੰਬਰ ਨੋਟ ਨੋ ਡਾਊਟ ਕਿ ਉਹ ਰਜਿਸਟਰਡ ਆ ਪਰ ਬੰਦਾ ਸਾਨੂੰ ਨਹੀਂ ਪਤਾ ਇਹਨਾਂ ਨੇ ਕਿੱਥੇ ਭਜਾਤਾ ਕਿੱਥੇ ਇਹਨਾਂ ਨੇ ਟਰੱਕ ਵਾਲਾ ਭਜਾਤਾ ਸਾਨੂੰ ਤਾਂ ਹੋਣਾ ਚਾਹੀਦਾ ਸਾਡੇ ਪੁਲਿਸ ਦਾ ਕੋਈ ਵੱਡਾ ਅਧਿਕਾਰੀ ਨਹੀਂ ਪਹੁੰਚਿਆ ਅਜੇ ਤੱਕ ਸਾਨੂੰ ਤਾਂ ਕੋਈ ਨਹੀਂ ਮਿਲਿਆ ਜੀ ਵੱਡਾ ਅਧਿਕਾਰੀ ਤੁਸੀਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈਗੇ ਜੀ ਜਿੱਥੇ ਵੀ ਹੈਗਾ ਉਹਨੂੰ ਪੇਸ਼ ਕੀਤਾ ਜਾਵੇ।